ਸਾਰੇ ਦੋਸਤਾਂ ਨੂੰ ਅਸਲਾਮ ਅਲੈਕਮ। ਜਿਹਨੇ ਜਿਹਨੇ ਮਾਲ ਡਾਂਗੇ ਰੱਖੇ ਹੋਏ ਨੇ ਨਾ, ਵੀਡੀਓ ਮੇਰੀ ਸੁਣ ਕੇ ਜਾਇਆ ਜੇ, ਫਾਇਦਾ ਇਹਦਾ ਹੀ ਤੁਹਾਡਾ ਹੀ ਏ। ਪਿਛਲੇ ਸਾਲ 50-50 ਹਜ਼ਾਰ ਦਾ ਕਿੱਲਾ ਤੂੜੀ ਦਾ ਹੋ ਗਿਆ ਸੀ। ਕਿਉਂ 50 ਹਜ਼ਾਰ ਦਾ ਕਿੱਲਾ ਤੂੜੀ ਦਾ ਹੋਇਆ ਸੀ? ਕਿ ਜਿਹੜੀ ਤੂੜੀ ਆਪਣੀ ਭੱਠਿਆਂ 'ਤੇ ਸਰਦੀ ਪਈ ਏ, ਭੱਠਿਆਂ ਵਾਲੇ ਸਟਾਕ ਕਰ ਲੈਂਦੇ ਨੇ, ਭੱਠਿਆਂ ਵਾਲੇ ਆਪਣੀਆਂ ਇੱਟਾਂ ਮਹਿੰਗੀਆਂ ਵੇਚ ਕੇ ਨਾ ਅਤੇ ਖਾਤਾ ਪੂਰਾ ਕਰ ਲੈਂਦੇ ਨੇ, ਅਤੇ ਜਿਹੜੇ ਮਾਲ ਡੰਗਰ ਵਾਲੇ ਨੇ 50 ਹਜ਼ਾਰ ਦਾ ਕਿੱਲਾ ਤੂੜੀ ਦਾ ਲੈ ਕੇ 120 ਰੁਪਏ ਦੁੱਧ ਵੇਚ ਕੇ ਨਾ 30 ਰੁਪਈਏ, ਅਤੇ ਖਾਤਾ ਪੂਰਾ ਨਹੀਂ ਹੁੰਦਾ ਪਿਆ। ਤੁਸੀਂ ਆਪਣੇ ਇਲਾਕੇ 'ਚ ਵੇਖ ਲਵੋ, ਕੋਈ ਡੇਅਰੀ ਫਾਰਮ ਹੈਗਾ ਏ? ਲੋਕਾਂ ਦੇ ਹੱਥ 'ਚ ਪੈਸਾ ਹੈ, ਖਾਲਸ ਦੁੱਧ ਨਹੀਂ ਲੱਭਦਾ ਪਿਆ। ਕਿਉਂ ਨਹੀਂ ਲੱਭਦਾ ਪਿਆ? ਕਿ ਜਿਹੜੀ ਤੂੜੀ ਏ ਇਹ ਮਹਿੰਗੀ ਹੋ ਗਈ ਏ। ਇਸ ਸਾਲ ਮੈਂ ਕਿਹਾ ਸੀ ਗੰਦਮ ਦੀ ਕਾਸ਼ਤ ਜ਼ਿਆਦਾ ਏ, ਤੂੜੀ ਸਸਤੀ ਹੋਵੇ ਤੀ 15-20 ਸਾਨੂੰ ਕਿੱਲਾ ਹੋ ਜਾਏ ਇਹਦਾ, ਅਤੇ ਮੈਂ ਫਿਰ ਵੇਖਣਾ ਪਿਆ ਵਾਂ ਕਿ ਭੱਠਿਆਂ ਵਾਲੇ ਤੂੜੀ ਸਟਾਕ ਕੀਤੀ ਜਾਂਦੇ ਨੇ, ਅਤੇ ਮਾਲ ਡੰਗਰ ਵਾਲੀ ਤੂੜੀ ਫਿਰ ਮਹਿੰਗੀ ਹੋ ਜਾਣੀ ਏ, ਅਤੇ ਡੇਅਰੀ ਫਾਰਮ ਚਲਾਉਣਾ ਔਖਾ ਹੋ ਜਾਣਾ। ਉਹ ਜਿਹੜਾ ਥੋੜ੍ਹਾ ਬਹੁਤਾ ਦੁੱਧ ਲੱਭਦਾ ਪਿਆ ਏ, ਡੇਅਰੀ ਫਾਰਮ ਚੱਲਦੇ ਪੈਣੇ, ਇਹ ਵੀ ਬੰਦ ਹੋ ਜਾਣੇ ਨੇ। ਉਹ ਮੈਂ ਤਾਂ ਸੋਚਦਾ ਪਿਆ ਸਾ ਜਿਹੜੇ ਪਹਿਲੇ ਡੇਅਰੀ ਫਾਰਮ ਬੰਦ ਹੋਏ ਨੇ ਨਾ, ਉਹ ਚੱਲ ਪੈਣ ਦੇ ਤੂੜੀ ਦੀ ਵਜ੍ਹਾ ਤੂੜੀ ਰੇਟ ਘੱਟ ਜਾਏ ਇਹਦਾ। ਅਗਰ ਇਹ ਤੂੜੀ ਭੱਠਿਆਂ ਨੇ ਫਿਰ ਜਾਣ ਲੱਗ ਪਈ, ਅਤੇ ਆਪਣੀ ਜਿਹੜੀ ਮਾਲ ਡੰਗਰ ਵਾਸਤੇ ਕੰਮ ਹੈ ਨਾ, ਬੜਾ ਔਖਾ ਹੋ ਜਾਣਾ ਜੀ। ਸੋਸ਼ਲ ਮੀਡੀਆ 'ਤੇ ਆਵਾਜ਼ ਬੁਲੰਦ ਕਰਨੀ ਹੈ, ਵੀਡੀਓ ਸ਼ੇਅਰ ਕਰਨੀ ਹੈ, ਕਿ ਹਕੂਮਤ ਹੈ ਕਿ ਵੀਡੀਓ ਪਹੁੰਚਾਉਣੀ ਜਾਏ ਕਿ ਜਿਹੜੀ ਤੂੜੀ ਹੈ ਨਾ ਸਿਰਫ ਮਾਲ ਡੰਗਰ ਵਾਸਤੇ ਇਸਤੇਮਾਲ ਹੋਵੇ, ਭੱਠਿਆਂ 'ਤੇ ਤੂੜੀ ਜਿਹੜੀ ਸੜਦੀ ਹੈ ਨਾ ਇਹਦੇ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਅਤੇ ਫਿਰ ਫੋਰ ਐਕਸ਼ਨ ਲੈਣਾ ਚਾਹੀਦਾ। ਹਕੂਮਤ ਨੂੰ ਪਾਬੰਦੀ ਲੈਣੀ ਚਾਹੀਦੀ ਭੱਠਿਆਂ 'ਤੇ ਤੂੜੀ ਸਾੜਨ 'ਤੇ, ਤੂੜੀ ਸਿਰਫ ਮਾਲ ਡੰਗਰ ਵਾਸਤੇ ਇਸਤੇਮਾਲ ਹੋਵੇ। ਇਹ ਸੋ ਆਪਣੀ ਆਵਾਜ਼ ਸੋਸ਼ਲ ਮੀਡੀਆ 'ਤੇ ਬੁਲੰਦ ਕਰਨੀ ਹੈ, ਤਾਂ ਕਿ ਭੱਠਿਆਂ ਜਿਹੜੀ ਤੂੜੀ ਸੜਦੀ ਹੈ ਇਹਨੇ ਪਾਬੰਦੀ ਲੱਗ ਸਕੇ।